ਹਾਂ ਜੀ મિતਰ ਤਾਂ ਕੀ ਹਾਲ ਚਾਲ ਲੌਜੀ ਲੈ ਕੇ ਆ ਚੁੱਕਾ ਇੱਕ ਹੋਰ ਨਵੀਂ ਵੀਡੀਓ ਤੇ ਬਈ ਉਮੀਦ ਕਰਦੇ ਤੁਹਾਨੂੰ ਇਹ ਵੀਡੀਓ ਪਸੰਦ ਆਉਗੀ ਤਾਂ ਅਗਲੀਆਂ ਵੀਡੀਓ ਨੂੰ ਵੀ ਤੁਸੀਂ ਠੀਕ ਸਪੋਰਟ ਕਰੀਓਨੇ ਬਾਕੀ ਹੋਰ ਸਪੋਰਟ ਦੀ ਲੋੜ ਆਪਾਂ ਨੂੰ ਥੋੜੀ ਠੀਕ ਹੈ ਸਪੋਰਟ ਇਹਦੇ ਬਣਾਈ ਰੱਖੋ ਲਾਈਕ ਲੂਈ ਕਰਦਿਆ ਕਰੋ ਠੀਕ ਹੈ ਤੇ ਆਪਣਾ ਜਿਹੜਾ ਸਟੀering ਦੇਖ ਸਕ ਰਹੇ ਹੋ ਤੁਸੀਂ ਤੇ ਬਾਕੀ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਅੱਗੇ-ਅੱਗੇ ਸ਼ੇਅਰ ਕਰ ਦਿਓ ਬਈ ਠੀਕ ਹੈ ਤਾਂ ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਦਿਖਾਵਾਂਗੇ ਕਹਣ-ਕਹਣ ਚੀਜ਼ਾਂ ਠੀਕ ਹੈ ਤਾਂ ਸਭ ਤੋਂ ਪਹਿਲਾਂ ਕੀ ਕਰਾਂਗੇ ਆਪਾਂ ਬਈ ਆਪਣਾ ਟਰੈਕ ਅੰਜੀ ਤਾਂ ਆਪਣਾ ਇਹ ਟਰੈਕਟਰ ਆਪਾਂ ਕੱਲ ਇੱਥੇ ਲਾਤਾ ਸੀ ਇਹ ਕਣਕ ਬੀਜ ਕੇ ਜਿਹੜੇ 2 ਕਿੱਲੇ ਬੀਜੇ ਸੀ ਆਪਾਂ ਤੇ ਅੱਜ ਆਪਾਂ ਬਾਈ ਟਰੈਕਟਰ ਨੂੰ ਧੋਣੇ ਆ ਤੇ ਉਦੋਂ ਬਾਅਦ ਸੁਪਰ ਸੀਡਰ ਆਪਾਂ ਛੱਡ ਕੇ ਆਉਣਾ ਕਿਤੇ ਤਾਂ ਤੁਹਾਨੂੰ ਗਾ ਅੱਗੇ ਦਾ ਦਾਂ ਚੱਲ ਗਿਆ ਆਪਾਂ ਸਭ ਤੋਂ ਪਹਿਲਾਂ ਟਰੈਕਟਰ ਧੋਈਏ ਆਪਣਾ ਤਾਂ ਚਲੋ ਜੀ ਚੱਲਦੇ ਆਂ ਟਰੈਕਟਰ ਨੂੰ ਬਾਹਰ ਲੈ ਕੇ ਆਪਣਾ ਜਿਹੜਾ ਧੋਣ ਵਾਲਾ ਸਿਸਟਮ ਜਿਹੜਾ ਬਾਹਰ ਆਇਆ ਤੁਸੀਂ ਦੇਖੇ ਹੋਣਾ ਜਿੱਥੇ ਆਪਾਂ ਹੱਲ ਲਾਏ ਸੀਗੇ ਉਹਦੇ ਕੋਲ ਹੀ ਆ ਜਮਾ ਤੇ ਉੱਤੋਂ ਬਾਈ ਬਦਲ ਦੇ ਸਕਾਂ ਤੁਸੀਂ ਤਾਂ ਕਰਕੇ ਥੋੜਾ ਜਿਹਾ ਕੰਮ ਰੋਕ ਤਾਂ ਆਪਾਂ ਕਣਕ ਬੀਜ ਅੱਗੇ ਤੁਹਾਨੂੰ ਦੱਸਾਂਗੇ ਬਣੇ ਰੋ ਇਸੇ ਤਰ੍ਹਾਂ ਵੀਡੀਓ ਦੇ ਨਾਲ ਤੇ ਜਿਹਨੇ ਲਾਈਕ ਨਹੀਂ ਕੀਤਾ ਬਈ ਹਜੇ ਤੱਕ ਤੇ ਲਾਈਕ ਕਰ ਦਿਓ ਠੀਕ ਹੈ ਵੀਡੀਓ ਨੂੰ। ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬਈ 13000 ਸਬਸਕ੍ਰਾਈਬਰ ਆਪਾਂ ਡਨ ਕਰਨੇ ਦਵਾਰੇ ਪਹਿਲਾਂ ਹੋ ਗਏ ਸੀ ਆਪਣੇ ਬਾਅਦ ਚ ਕੱਟ ਗਏ ਡੈਡ ਸਬਸਕ੍ਰਾਈਬਰ ਹੁੰਦੇ ਆ ਨਾ। ਉਹ ਕੱਟੇ ਗਏ ਸੀਗੇ ਤਾਂ ਕਰਕੇ ਹੁਣ ਆਪਾਂ ਦਵਾਰੇ ਚੈਨਲ ਨੂੰ ਖੜਾ ਕਰਨਾ ਤੇ ਬਾਕੀ ਤੁਸੀਂ ਇਹੀ ਸਪੋਰਟ ਬਣਾਏ ਰੱਖਿਓ। ਚੈੱਕ ਕਰ ਸਕਦੇ ਆ ਆਪਣਾ ਜੌਂਡੀਰ ਪੂਰਾ ਲਿਬੜਿਆ ਪਿਆ ਠੀਕ ਹੈ। ਸੂਪਰ ਸੀਡਰ ਵੀ ਲਿਬੜਿਆ ਪਿਆ ਆਪਣਾ ਸੂਪਰ ਸੀਡਰ ਨੂੰ ਨਹੀਂ ਠਲਦਾਂਗੇ ਯਾਰ ਇਹਨੂੰ ਧੋਂਦੇ ਨਹੀਂ ਕਿਉਂਕਿ ਆਪਣਾ ਜਿਹੜਾ ਬੀਬੂ ਹੈਗਾ ਬਾਈ ਵੇਚ ਦੇ ਠੀਕ ਆ ਤੇ ਰੇ ਜਿਹੜੀ ਪਾਈ ਵੀ ਉਹ ਜੰਮ ਜੂਗੀ ਉਸ ਕਰਕੇ ਨਹੀਂ ਧੋਂਦੇ ਆਪਾਂ ਤੇ ਬਾਕੀ ਜੋਂਡੀ ਨੂੰ ਚੈੱਕ ਕਰ ਸਕਦੇ ਇਹਨੂੰ ਥੋੜਾ ਜਿਹਾ ਧੋ ਲੈਣੇ ਆ ਇਹਦੇ ਨੂੰ ਕਿਉਂਕਿ ਆਪਾਂ ਹੋਰ ਕੰਮ ਵਾਸਤੇ ਲਾਉਣਾਗਾ ਤਾਂ ਜਿਹੜਾ ਸੂਪਰ ਸੀਡਰ ਹੈ ਇਹਦੇ ਆਪਾਂ ਕੰਮ ਵਾਸਤੇ ਕੋਈ ਹੋਰ ਚੀਜ਼ ਲੈ ਕੇ ਆਉਣੀ ਅੱਜ ਬਾਕੀ ਤੁਸੀਂ ਟਾਈਟਲ ਦੇਖ ਹੀ ਲਿਆ ਹੋਣਾ ਤਾਂ ਸਮਝ ਗਏ ਹੋਵੋਗੇ ਆਪਾਂ ਲੈਣ ਚੱਲੇ ਆ ਬਾਈ ਨਵਾਂ ਟਰੈਕਟਰ ਤੇ ਉਹਦੀ ਦੱਸ ਪਾਈ ਸੀ ਆਪਾਂ ਨੂੰ ਦੇਖ ਕੇ ਆਉਨੇ ਪਹਿ ਬਾਕੀ ਇਹਨੂੰ ਆਪਾਂ ਛੇਲਾ ਦਈਏ ਸੁਪਰ ਸੀਡਰ ਨੂੰ ਆਪਣੇ ਇਹਨੂੰ ਲਓ ਜੀ ਛਤਰੀ ਚੜ ਜਾ ਤੂੰ ਲਓ ਜੀ ਪਾਈਪਾਂ ਨੂੰ ਪਾ ਕੱਢ ਕੇ ਸਾਰੀਆਂ ਠੀਕ ਹੈ ਡਿਸੇਬਲ ਕਰਤਾ ਸਾਰਾ ਸਿਸਟਮ ਇਹਨੂੰ ਲਾਉਨੇ ਆਪਾਂ ਜਿੱਥੇ ਧੋਣਾ ਟਰੈਕਟਰ ਆਪਣਾ ਹੁਣ ਬਾਕੀ ਟਰੈਕਟਰ ਚੈੱਕ ਕਰ ਸਕਦੇ ਹਾਂ ਧਾਲੀ ਵਾਲ ਪੂਰਾ ਸਿਰਾਲਾ ਲਾਉਂਦਾ ਟਰੈਕਟਰਾਂ ਚ ਇਹ ਵੀ ਧਾਲੀ ਵਾਲਾ ਬਣਾਇਆ ਹੋਇਆ ਚੈਨਲ ਥੱਲੇ ਡਿਸਕ੍ਰਿਪਸ਼ਨ ਚ ਪਿਆਈ ਹੈ ਚੈੱਕ ਆ ਸਕਦੇ ਤੁਸੀਂ ਜਿਹਨੇ ਨਹੀਂ ਕੀਤਾ ਸਬਸਕ੍ਰਾਈਬ ਬਾਕੀ ਸਾਰਿਆਂ ਨੇ ਕੀਤਾ ਹੀ ਹੋਗਾ ਸਬਸਕ੍ਰਾਈਬ ਮੈਨੂੰ ਪਤਾ ਹੀ ਆ ਲਓ ਜੀ ਆ ਗਿਆ ਆਪਣਾ ਸਿਸਟਮ ਧੋਣ ਵਾਲਾ ਪ੍ਰੈਸ਼ਰ ਮਾਰਾਂਗੇ ਇੱਥੇ ਠੀਕ ਐ ਤਾਂ ਲਓ ਬਈ ਮਸ਼ੀਨ ਜੀ ਆਪਾਂ ਚੱਕ ਲਈਏ ਹੁਣ ਧੋਣੇ ਟਰੈਕਟਰ ਨੂੰ ਯਾਰ ਬਹੁਤ ਜਿਆਦਾ ਲਿਬੜਿਆ ਪਿਆ ਦੇਖੋ ਬਈ ਰੰਗ ਨਿਕਲਦਾ ਲਓ ਜੀ ਕਰੋ ਚੈੱਕ ਕਰਾਂ ਪ੍ਰੈਸ਼ਰ ਬਹੁਤ ਤੇਜ਼ ਆ ਬਈ ਸਾਰੇ ਪਾਸੇ ਮਿੱਟੀ ਮਿੱਟੀ ਲਾਤੀ ਆਪਾਂ ਦੇਖੋ ਬਈ ਡੈਕ ਆਪਣਾ ਜਿਹੜਾ ਹੈਗਾ ਵਾਟਰ ਪ੍ਰੂਫ ਆ ਪੂਰਾ ਠੀਕ ਐ ਇਹਨੂੰ ਕੋਈ ਚੱਕਰ ਨਹੀਂਗਾ ਥੋੜਾ ਇੱਧਰ ਨੂੰ ਕਰਕੇ ਲਾਉਣਾ ਪੈਗਾ ਕਿਉਂਕਿ ਨੇੜੇ ਯਾਰ ਪਾਈਪ ਦਾ ਚੱਕਰ ਪੈ ਗਿਆ ਥੋੜਾ ਜਿਹਾ ਜੋ ਵੀ ਪੂਰੀ ਧੋਦੀਏ ਘੈਂਟ ਕਰਕੇ ਵਧੀਆ ਚੱਕੋ ਵੀ ਚਮਕ ਗਿਆ ਟਰੈਕਟਰ ਪੂਰਾ ਆਪਣਾ ਲਓ ਜੀ ਕਿਹਦੇ ਪਾਸ ਕੋਈ ਕਮੀ ਬੇਸ਼ੀ ਨਹੀਂ ਗਈ ਹੁਣ ਆਪਾਂ ਇਹਦੇ ਉੱਤੇ ਬੈ ਕੇ ਦੇਖਦੇ ਆਂ ਜੀ ਠੀਕ ਹੈ ਹੋ ਗਿਆ ਓਕੇ ਡਾਨਾ ਬਈ ਮੰਗਰਿਆਲੇ ਮੂੜ ਚਮਕ ਕੇ ਪੂਰੇ ਠੀਕ ਹੈ ਤੇ ਆਪਾਂ ਇਹਨੂੰ ਲਾਉਨੇ ਆ ਥੋੜਾ ਸਾਈਡ ਤੇ ਕਰਕੇ ਤੇ ਬਾਅਦ ਆਪਾਂ ਦੇਖ ਕੇ ਆਉਨੇ ਆ ਆਪਣਾ ਟਰੈਕਟਰ ਯਾਰ ਆਪਾਂ ਇਹ ਕਹਿੰਨੇ ਇਹਦੀ ਚੱਲ ਵੜਦੇ ਆ ਟਰੈਕਟਰ ਤੇ ਆਪਣੇ ਤੇ ਇਹ ਪਸੰਦ ਆ ਗਿਆ ਤਾਂ ਇਹਨੂੰ ਕਿਸੇ ਹੋਰ ਨੂੰ ਫੜਾ ਦਾਂਗੇ ਬੰਦੇ ਨੂੰ ਠੀਕ ਹੈ ਤੇ ਆਪਾਂ ਟਰੈਕਟਰ ਚੱਕ ਲਿਆਵਾਂਗੇ ਉਹ ਤਾਂ ਚਲੋ ਬਈ ਚਾਲਦੇ ਆਂ ਆਪਾਂ ਫਰ ਰਾਸਤਾ ਕਿਹੜਾ ਪਾਈ ਯਾਰ ਇੱਧਰ ਨੂੰ ਲੋਕੇਸ਼ਨ ਤਾਂ ਦਿੱਤੀ ਉਹਨਾਂ ਨੇ ਮੈਂ ਲਗੇ ਹੈ ਲਾਲੀ ਆਪਦੇ ਮੈਪ ਤੇ ਇੱਧਰ ਦੀ ਤਾਂ ਰਾਹ ਹੈ ਨਹੀਂ ਬਈ ਵੈਕ ਹੀ ਜਾਣਾ ਪਊਗਾ ਆਪਾਂ ਨੂੰ ਲੋ ਚਲੋ ਅਗਰ ਹੁਣ ਦੇਖਦੇ ਆਂ ਆਪਣਾ ਕਿਹੜਾ ਟਰੈਕਟਰ ਆ ਕਹਿੰਦੇ ਭਾਜ ਹੀ ਬਣ ਜੂਗਾ ਵੈਸੇ ਤਾਂ ਕਹਿੰਦੇ ਸੀਗੇ ਬਾਕੀ ਦੇਖਦੇ ਆਂ ਜਾ ਕੇ ਕੰਡੀਸ਼ਨ ਵਗੈਰਾ ਟਾਇਰ ਟੂਰ ਦੇਖਦੇ ਆਂ ਕਿਵੇਂ ਦੇ ਹੋਣਗੇ ਤੇ ਕਿਹੜਾ ਟਰੈਕਟਰ ਹੋਊਗਾ ਬਾਕੀ ਟਰੈਕਟਰ ਦੇ ਸਿਰ ਤੇ ਵੀ ਆ ਪਸੰਦ ਆਊਗਾ ਆਪਾਂ ਨੂੰ ਨਾ ਆਊਗਾ ਪਹਿਲਾਂ ਤਾਂ ਆਪਣੇ ਕੋਲੇ ਜੌਂਟੀ ਆ ਰਾ ਹੁਣ ਕੋਈ ਹੋਰ ਕੰਪਨੀ ਦਾ ਕਹਿੰਦੇ ਸੀ ਉਹ ਬਾਕੀ ਕਹਿੰਦੇ ਤੁਸੀਂ ਆ ਕੇ ਦੇ ਲੋ ਤੁਹਾਨੂੰ ਟਰੈਕਟਰ ਪਸੰਦ ਆ ਹੀ ਜਾਊਗਾ ਤਾਂ ਕਰਕੇ ਮੈਂ ਚੱਲ ਬਾਲਾ ਨਹੀਂ ਪੁੱਛਿਆ ਬੱਚਾ ਉਹਨਾਂ ਨੇ ਵੀ ਕਿਹੜਾ ਟਰੈਕਟਰ ਕਿੰਨਾ ਮਾਡਲ ਆ ਕੁਛ ਵੀ ਆ ਠੀਕ ਆ ਤਾਂ ਮੈਂ ਚੱਲ ਕੋਈ ਚੱਕਰ ਨਹੀਂ ਆ ਰਸੀਂ ਆ ਕੇ ਦੇਖ ਹੀ ਲੈਣੇ ਆ ਤੇ ਬਾਕੀ ਦੇ ਸਾਰੇ ਤੁਸੀਂ ਲੋਕਾਂ ਦੇ ਘਰ ਘਰਾਉਂਦੇ ਆਪਾਂ ਵੇਚ ਦੀ ਲੰਗੇ ਜਾਂਦੇ ਆ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਇੱਧਰ ਦੀ ਘੁੱਕ ਜਾਣਾ ਪਊਗਾ ਇਸ ਖਾਲ ਦਾ ਸੁੱਕਾ ਹੀ ਪਿਆ ਸੀ ਵੈਸੇ ਟੱਪ ਸਾਦੇ ਸੀਗੇ ਆਪਾਂ ਚੱਲ ਕੋਈ ਨਹੀਂ ਅਗਲੇ ਰਾਹ ਜਾਂਦੇ ਆ ਹੈਲੋ ਵੀ ਮਿੱਤਰੋ ਥੋੜਾ ਐ ਆਪਾਂ ਨੂੰ ਆ ਕੈਮਰਾ ਕਰਨਾ ਬਹੁਆ ਕਿਉਂਕਿ ਦਿੱਕਤ ਆ ਰਹੀ ਸੀਗੀ ਯਾਰ ਬਲ ਪੈ ਜੂ ਇਧਰ ਹੀ ਕੱਢ ਦੋ ਲੈ ਲਓ ਬਈ ਸੁੱਕਾ ਹੀ ਖਾਲ ਖਾਲ ਦਾ ਗਾਧਾ ਬਤਿੰਦਰ ਦਾ ਮਾੜੇ ਪਿੰਡ ਦਾ ਸੁਆ ਹੀ ਹੈ ਤੂੰ ਆ ਸਮਝ ਸਕਦੇ ਜਿਹੜਾ ਸੁਆ ਸਮਝਦੇ ਆ ਬਈ ਕਮੈਂਟ ਕਰਕੇ ਜਰੂਰ ਦੱਸੋ ਸੁਆ ਕਿਹਨੂੰ ਕਹਿੰਦੇ ਹੁੰਦੇ ਆ ਖਾਲ ਵੀ ਬਣਿਆ ਵੈਸੇ ਨਿੱਕੇ ਨਿੱਕੇ ਮੋਗਗੇ ਹੀ ਬਣਿਆ ਹੋਈਆਂ ਚਲੋ ਚੱਲਦੇ ਆਪਾਂ ਨੇੜੇ ਰਹਿ ਗਿਆ ਇੱਥੇ ਤਾਂ ਆ ਬਾਈ ਸਵੇ ਆਗੇ ਲੱਕੜਾਂ ਲੋਕੜਾਂ ਰੱਖੀਆਂ ਪਈਆਂ ਲਓ ਜੀ ਬਾਣ ਬੁਣ ਵੀ ਬਹੁਤ ਪਏ ਆ ਸਾਰੇ ਲੈ ਲੈਨੇ ਆਪਾਂ ਕਿਸੇ ਨਾ ਟਿੰਗੇ ਟਾਈਮ ਨੂੰ ਬਾਕੀ ਇਸੇ ਤਰ੍ਹਾਂ ਤੁਸੀਂ ਵੀਡੀਓ ਨਾ ਬਣੇ ਰਹੋ ਵੀਡੀਓ ਨੂੰ ਕਰ ਦਿਓ ਲਾਈਕ ਜੇ ਹਜੇ ਤੱਕ ਨਹੀਂ ਕੀਤਾ ਤੇ ਸਬਸਕ੍ਰਾਈਬ ਵੀ ਕਰ ਦਿਓ ਜੇ ਹਜੇ ਤੱਕ ਨਹੀਂ ਕੀਤਾ ਆ ਘਰ ਵੀ ਦੇਖ ਸਾਡੇ ਦੀ ਖੰਡਰ ਬਣਿਆ ਪਿਆ ਕੋਈ ਨੇ ਰਿੰ ਨੂੰ ਰੀ ਚੱਕੀ ਟੁੱਟ ਗਿਆ ਹੋਣਾ ਪਤਾ ਨਹੀਂ ਲੱਗਦਾ ਨਾ ਅੱਜਕੱਲ ਨੁਕਸਾਨ ਹੁੰਦੇ ਆ ਬਈ ਬਾਣ ਬਹੁਤ ਤਗੜੇ ਤਗੜੇ ਆਉਣ ਲੱਗ ਪਏ ਤਾਂ ਕਰਕੇ ਬਾਕੀ ਯਾਰ ਬਦਲਵਾਈ ਹੋ ਚੁੱਕੀ ਆ ਤੇ ਆਪਣਾ ਕਣਕ ਦਾ ਵੀ ਕੰਮ ਥੋੜਾ ਲੇਟ ਹੋਈ ਜਾਂਦਾ ਤਾਂ ਉਹ ਵੀ ਆਪਾਂ ਖਿੱਚਣਾ ਤਾਂ ਕਰਕੇ ਆਪਾਂ ਟਰੈਕਟਰ ਇੱਕ ਹੋਰ ਦੇਖਣ ਜਾ ਰਹੇ ਆ ਯਾਰ ਇਧਰ ਦੀ ਜਾਣਾ ਸੀਗਾ ਚੱਲ ਕੋਈ ਨਹੀਂ ਆਪਣਾ ਮੈਪ ਵੱਖਰਾ ਹੀ ਹੁੰਦਾ ਸਾਰਿਆਂ ਨਾਲ ਲਵ ਯੂ ਅੰਦਰ ਲਵ ਯੂ ਕਰਤਾ ਆਪਾਂ ਟਰੈਕਟਰ ਦਾ ਆਪਣੇ ਦਾ ਤੇ ਮੋੜਦੇ ਇਧਰ ਨੂੰ ਅਜੇ ਤੱਕ ਤਾਂ ਵਧੀਆ ਆ ਰਹੀਆਂ ਪਈਆਂ ਬੂਈਆਂ ਆ ਠੀਕ ਆ ਬਾਕੀ ਰਾਹ ਨਾਲ ਕਿਤੇ ਭੁੱਲ ਜੀ ਗਏ ਬਾਅਦ ਇੱਥੇ ਦੇਖਦੇ ਫਿਰ ਗਏ ਯਾਰ ਕਿਧਰ ਦੀ ਆਏ ਸੀ ਮੈਂ ਆਪ ਦੁਆਰੇ ਲਾਉਣਾ ਪਊਗਾ ਫਿਰ ਆਪਾਂ ਨੂੰ ਲਓ ਜੀ ਸ਼ਹਿਰ ਇਹਦੀ ਚ ਪਹੁੰਚ ਗਏ ਆਪਾਂ ਅੱਜ ਇੱਕ ਉਹਨੇ ਐਂ ਦੱਸਿਆ ਸੀਗਾ ਵੀ ਟਰੈਕਟਰ ਆਪਾਂ ਐਂ ਪੁੱਛਿਆ ਸੀ ਵੇਚ ਕਿਉਂ ਰਹੇ ਹੁੰਦੇ ਸੀ ਉਹ ਕਹਿੰਦੇ ਭਾਈ ਸਾਡਾ ਥੋੜਾ ਇਹ ਸ਼ਹਿਰੀ ਸਿਸਟਮ ਆ ਗਿਆ ਤੂੰ ਇਹ ਦੇਖ ਹੀ ਸਾਡੇ ਉੱਥੇ ਮੈਨੂੰ ਗੱਲ ਯਾਦ ਆ ਗਈ ਫਿਰ ਇਹ ਵੀ ਸ਼ਹਿਰੀ ਸਿਸਟਮ ਕਰਕੇ ਵੇਚ ਰਹੇ ਆ ਆਹ ਦੇਖੋ ਭਾਈ ਸ਼ਹਿਰ ਚ ਰੋਜ਼ ਵੀ ਫਿਰਦੇ ਆ ਬੱਜੇ ਠੀਕ ਆ ਭਾਈ ਠੀਕ ਆ ਲੋਕੇਸ਼ਨ ਨੇੜੇ ਆ ਗਈ ਆਪਣੀ ਜਿੱਥੇ ਆਪਾਂ ਆਉਣਾ ਸੀਗਾ ਤੇ ਲਓ ਭਾਈ ਪਈ ਵੀ ਖਤਮ ਹੋ ਗਈ ਸੜਕ ਵੀ ਸ਼ੁਰੂ ਹੋ ਗਈ ਕਹਿੰਦੇ ਸੀ ਇੱਥੇ ਆ ਨੇੜੇ ਹੀ ਤਾਂ ਆਉ ਖੜਾ ਭਾਈ ਸਾਹਮਣੇ ਦਿ ਖੱਟੇ ਰੰਗ ਦਾ 90 11 ਵੀ ਹੋ ਸਕਦਾ ਯਾਰ ਜਾ ਕੇ ਦੇਖਦੇ ਆਪਾਂ ਇਹਨੂੰ ਲਾ ਦਈਏ ਥੋੜਾ ਸਾਈਡ ਤੇ ਕਰਕੇ ਲਓ ਬਈ ਐਥਰੋ ਤਾਂ ਨੇਲ ਠੀਕ ਹੈ ਇਹ ਆ ਗਿਆ ਆਪਣਾ 50 50 ਡੀ ਤੇ ਹੁਣ ਦੇਖਦੇ ਆਪਾਂ ਟਰੈਕਟਰ ਕਿਹੜਾ ਹੈਗਾ ਲਓ ਜੀ ਸਾਹਮਣੇ ਦੇਖੋ ਤੁਸੀਂ ਕਹੈਂਡ ਟਰੈਕਟਰ ਸ਼ੋਹੂ ਕਹੈਂਡ ਆ ਕਿ ਇਹ ਹੈਗਾ ਬਈ 45 11 ਮੁੰਡਿਆ ਆ ਟਰੈਕਟਰ ਤਾਂ ਆਪਾਂ ਲਾਵਾਂਗੇ ਕਿਉਂਕਿ ਆਪਣੇ ਕੋਲੇ ਪਰਸਨਲੀ ਤੌਰ ਤੇ ਵੀ ਇਹ ਟਰੈਕਟਰ ਹੈਗਾ 45 11 ਠੀਕ ਹੈ ਤਾਂ ਕਰਕੇ ਆਪਾਂ ਇਹ ਟਰੈਕਟਰ ਡੰਨਕਾਰੀ ਦਵਾਵਾਂਗੇ ਬਈ ਟਾਇਰ ਟੂ ਚੈੱਕ ਕਰ ਲੀਏ ਕਰੀ ਬਾਕੀ ਕਾਲ ਵੀ ਨਹੀਂ ਕਹਿੰਦੇ ਕਰਨੀ ਚਾਹੀਦੀ ਟਾਇਰ ਵੀ ਯਾਰ ਨਵੇਂ ਹੀ ਪਏ ਆ ਥੋੜੇ ਹੀ ਘਸੇ ਆ ਹੈਗੇ 70 80 ਪਏ ਟਾਇਰ ਪਏ ਆ ਬਾਕੀ ਰੰਗ ਕਰੋਂਗੇ ਦੇਖ ਲੋ ਯਾਰ ਸੋਹਣਾ ਬੈ ਟਰੈਕਟਰ ਦਾ ਜਮਾਂ ਸਿੰਪਲ ਰੱਖਿਆ ਕੋਈ ਡੈਕ ਡੁਕਣੀ ਲਵਾਇਆ ਇਹਨਾਂ ਨੇ ਆਉਣ ਨਾਲ ਟਾਈਮ 'ਚ ਆਪਾਂ ਇਹਨੂੰ ਮੋਡੀਫਾਈ ਕਰਾਂਗੇ ਠੀਕ ਐ ਤੇ ਕਰ ਦਈਏ ਫਿਰ ਸੌਦਾ ਡਨ ਦੱਸੋ ਫਿਰ ਮੈਂ ਤਾਂ ਕਹਿੰਨਾ ਓਕੇ ਕਰ ਦਿੰਨੇ ਆ ਡੀਲ ਆਪਣੀ ਯਾਰ ਘੈਂਟ ਆ ਸਸਤਾ ਹੀ ਮਿਲ ਰਿਹਾ ਆਪਾਂ ਨੂੰ ਇਹ ਬਾਕੀ ਓਕੇ ਦੀ ਰਿਪੋਰਟ ਆ ਕੋਈ ਲਓ ਜੀ ਡੀਲ ਡਨ ਕਰਦਾ ਮੈਂ ਠੀਕ ਐ ਓਕੇ ਲਾਵੀ ਮੇਟਰ ਆਪਾਂ ਟਰੈਕਟਰ ਲੈ ਲਿਆ ਕਰਤੀ ਡੀਲ ਡਨ ਸਾਰਿਆਂ ਨੂੰ ਵਧਾਈਆਂ ਠੀਕ ਹੈ ਕਮੈਂਟਾਂ 'ਚ ਕੰਗ੍ਰੈਚੁਲੇਸ਼ਨ ਲਿਖਣਾ ਨਾ ਭੁੱਲਿਓ ਤੇ ਬਾਕੀ ਹੁਣ ਆਪਾਂ ਨੇ ਜੌਂਟੀਅਰ ਦਾ ਹੱਲ ਕਰਦੇ ਆਂ ਇਹ ਕਿਸੇ ਹੱਥ ਭੇਜਾਂਗੇ ਠੀਕ ਹੈ ਤੇ ਆਪਾਂ ਲੈ ਕੇ ਜਾਵਾਂਗੇ ਆਪਣਾ ਬਾਈ 4511 HMT 511 ਦਾ ਛੋਟਾ ਭਾਈ ਚਲੋ ਜੀ ਬਈ ਬੰਦਾ ਸਾਦ ਰਿਹਾ ਸੀ ਆਪਾਂ ਤੇ ਆਪਣਾ ਜੌਂਟੀਅਰ ਭੇਜਤਾ ਘਰੇ ਤੇ ਉਹਨੂੰ ਕਹਿੰਦਾ ਸੀ ਬਈ ਜਾਨ ਸਰ ਤੂੰ ਲਾ ਦੀਂ ਬੀਜਣ ਵਾਸਤੇ ਆਪਣੀ ਜਿਹੜੀ ਕਣਕ ਰਹਿੰਦੀ ਸੀਗੀ ਠੀਕ ਹੈ ਤੇ ਬਾਕੀ ਆਪਣੇ ਟਰੈਕਟਰ ਦੀ ਮਾਰਦੇ ਆ ਯਾਰ ਸਲਫ ਹੁਣ ਆ ਕੀ ਹੋ ਗਿਆ ਲਟਾਈ ਕਿਵੇਂ ਜਲ ਪਈਆਂ ਅਚਾਨਕੇਰਾ ਹੋ ਗਿਆ ਠੀਕ ਹੈ ਤਾਂ ਲਓ ਵੀ ਬੈਠ ਗਿਆ ਆਪਣੇ ਟਰੈਕਟਰ ਤੇ ਉਹ ਬਈ ਆਵਾਜ਼ ਨੋਟ ਕਰੋ ਤੁਸੀਂ ਯਾਰ ਕਹਿੰਦੇ ਐ ਐਚ ਐਮਟੀ ਕੰਪਨੀ ਘੈਂਟ ਆ ਪੂਰੀ ਠੀਕ ਹੈ ਤੇ ਬਾਕੀ ਆਵਾਜ਼ ਬੁਝ ਸਿਰ ਆ ਗਈ ਤਾਂ ਲਓ ਜੀ ਪਾਈਏ ਆਪਾਂ ਗੇਅਰ ਤੇ ਆਪਣੇ ਟਰੈਕਟਰ ਨੂੰ ਤੋਰੀਏ ਤੇ ਵਿਊ ਦੇਖੀਏ ਭਈ ਇਹਦਾ ਕਿਵੇਂ ਆਉਂਦਾ ਹੈ ਛਤਰੀ ਘੈਂਟ ਆਉਂਦੀ ਆ ਭਈ ਪੁਰਾਣੇ ਸਟਾਈਲ ਦੀ ਛਤਰੀ ਹੈ ਇਹ ਆ ਪਿੱਛੇ ਵੀ ਨੋਟ ਕਰ ਸਕਾ ਜਾਂ ਤੁਸੀਂ ਓਕੇ ਰਿਪੋਰਟ ਆ ਜਾਮਾ ਆਪਣੀ ਘੈਂਟ ਚੀਜ਼ ਬਣ ਗਈ ਪੂਰੀ ਬਾਕੀ ਵਧੀਆ ਯਾਰ ਸਸਤੇ ਰੇਟ ਚ ਮਿਲ ਗਿਆ ਆਪਾਂ ਇਹਨੂੰ ਸੜਕੇ ਸੜਕ ਲੈ ਕੇ ਚੱਲਾਂਗੇ ਕਿਉਂਕਿ ਵਾਹਣਾ ਵੇਦੀਨ ਲੈ ਕੇ ਆਂਦੇ ਤਾਂ ਇੱਧਰ ਦੀ ਨੋਟ ਕਰਦੇ ਆ ਆਪਾਂ ਇਹਨੂੰ ਲਓ ਜੀ ਦੇ ਸਾਰੇ ਤੁਸੀਂ ਘੈਂਟ ਪੂਰਾ ਕੰਮ ਵਾਰ ਵੀ ਘੈਂਟ ਆ ਬਾਕੀ ਯਾਰ ਵੀਊ ਵੀ ਘੈਂਟ ਹੁੰਦਾ ਪ੍ਰਾਣੀ ਛਤਰੀਦਾਲ ਹਸਾਬ ਹੀ ਅੱਡ ਹੁੰਦਾ ਨਾ ਚੈੱਕ ਕਰੋ ਆਜ ਭਾਜ ਦਾ ਭੋਜਦਾ ਵੀ ਠੀਕ ਹੈ ਅਜੇ ਗੇਅਰ ਛੋਟਾਂ ਜੀ ਫਿਰਦਾ ਨਾਪਦ ਗੇਅਰ ਇਸ ਪੂਰੀ ਆਉਂਦਾ ਖਲਾਰੇ ਹੈ ਇਹਦਾ ਮੋਡੀਫਾਈ ਕਰਾਉਣਾ ਧਾਲੀ ਵਾਲ ਤੋਂ ਇਹ ਮੋਡੀਫਾਈ ਕਰਾਉਣਾ ਮੇਰੇ ਵੀਡੀਓ ਮੋਡੀਫਾਈ ਕਰਵਾਉਣਾ ਹੈ ਸਿਰਾ ਲਾਉਣੀ ਆ ਸਿਰਾ ਬੂਰੀ ਲਾਉਣੀ ਫਕਾਰਾ ਚੈੱਕ ਕਰੋ ਝੋਟੇ ਦਾ ਹੁਣ DNA ਗਾ ਪੂਰਾ ਲੈ ਉੱਠਦਾ ਜਿਹੜੇ ਹਸਾਨ ਨਾਲ ਮੈਂ ਕਹਿੰਦਾ ਵੀ ਲਾਲਾ ਲਾਲਾ ਕਰਾ ਦਿੰਦਾ ਕਰੋ ਚੈੱਕ ਇਹ ਆ ਗਿਆ ਆਪਾਂ ਸ਼ਹਿਰ ਜਿਥੋਂ ਹੀ ਨਾਵੇਂ ਹੁੰਨੇ ਆਪਣੇ ਸਾਰਾ ਸੰਸਪਾ ਲੈ ਕੇ ਜਾਂਦਾ ਵਿਚਾਲੇ ਰੋਡ ਦੇ ਧੂਣਾ ਪੜਦਾ ਹੌਲੀ 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 ਧੀਰੇ ਧੀਰੇ ਚੱਲਣਾ ਹੈ ਜਿਆਦਾ ਤੇਜ਼ ਨਹੀਂ ਭਗਾਣਾ ਲਓ ਜੀ ਹਮਨੇ ਗੱਡੀਆਂ ਆਉਂਦੀਆਂ ਕਹਿੰਦੇ ਚਿੱਟੀਆਂ ਲੈਟਾਂ ਹੱਡੀ ਐਲਈਡੀ ਲੈਟਾਂ ਨੋ ਦੀ ਬਾਹਰਲੀ ਫਰਨੀ ਕੱਢ ਦੀ ਸ਼ਹਿਰ ਦੀ ਆਪਾਂ ਠੀਕ ਹੈ ਲਓ ਵੀ ਆ ਗਿਆ ਧਰਮਗੰਡਾ ਵੇਟ ਕਰਕੇ ਦੇਖੀ ਯਾਰ ਕਿੰਨਾ ਇਹਦਾ ਵੇਟ ਕਰਕੇ ਦੇਣਾ ਚਲੋ ਬਾਕੀ ਰੈਟਰਾਂ ਦਾ ਵੇਟ ਚੈੱਕ ਕਰਾਂਗੇ ਆਪਾਂ ਲੱਗਦੇ ਹੱਥ ਹੁਣ ਕਾਰੀ ਲੱਗੇ ਹੋਰ ਬੈਗ ਕਰਕੇ ਹੈ ਇਹ ਬੈਗ ਕੰਡੇ ਤੋਂ ਨਿਕਲ ਜੇ ਕਿਤੇ ਲਓ ਜੀ 7 ਕੁਆਂਟਲ 1 ਮਿੰਟ ਬੈਗ ਕਰ ਦਾਂ ਤੁਹਾਨੂੰ ਦਿਖਾ ਦਾਂ ਚੰਗੀ ਤਰ੍ਹਾਂ 7 ਕੁਆਂਟਲ 291 ਕਿਲੋ ਭਾਰ ਆ ਬਾਈ ਆਈ ਹੁੰਦਾ ਨਾ ਵੇਟ ਆਈ ਕਹਿੰਦੇ ਹੁੰਦੇ ਵੇਟ ਨੂੰ ਬਾਕੀ ਕੋਈ ਨਹੀਂ ਇਹ ਗਲਤੀ ਫਲਤੀ ਹੋਈ ਤਾਂ ਕਮੈਂਟਾ ਜਰੂਰ ਦੱਸ ਦਿਓ 7 ਕੁਆਂਟਲ 291 ਕਿਲੋ .9 .9 ਗ੍ਰਾਮ ਪਰ ਅਸੀਂ ਤਾਂ ਮੈਂ ਉੱਤੇ ਬੈਠਾ ਯਾਰ ਭੁੱਲ ਹੀ ਗਏ ਸੀ ਫਰਕ ਹੈ ਨਹੀਂ ਹੈ ਬਈ ਇਹ ਬਈ ਕੰਡਾ ਹੀ ਉਹ ਸਪੈਸ਼ਲ ਬਣਵਾਇਆ ਹੋਇਆ ਹੈ ਵੀ ਟਰੈਕਟਰ ਦਾ ਬਾਹਰੀ ਦੱਸੇ ਬੰਦੇ ਦਾ ਨਾਂ ਦੱਸੇ ਠੀਕ ਹੈ ਬਾਕੀ ਚੱਕ ਆ ਸਾਧਿਆ ਤੁਸੀਂ ਆਪਾਂ ਕੰਡੇ ਤੋਂ ਉਤਰ ਗਏ ਲਓ ਜੀ ਕੰਡਾ 0 ਤੇ ਆ ਜੀ ਹੁਣ ਚੱਕ 0 ਤੇ ਮਾਂਦੇ ਹਾਂ ਪੈੜਾ ਵਈ ਪੈੜਾ ਕੰਡਾ ਵੀ ਤੇ ਟਰੈਕਟਰ ਵੀ ਆਪਣਾ ਲਓ ਰੇਸ ਦੇਖੋ ਕਿਨੇ ਸਪੀਡ ਨਾਲ ਫੜਦਾ ਹੈ ਵਾਹ ਜੀ ਵਾਹ ਹੈਂਡਲਿੰਗ ਵੀ ਵੀਕੈਂਡ ਆ ਤਾਂ ਹਾਂ ਜੀ ਮਿੱਤਰੋ ਲਓ ਜੀ ਆਪਾਂ ਨੂੰ ਇੱਕ ਕੰਮ ਪੈ ਗਿਆ ਥੋੜਾ ਜਿਹਾ ਨਿੱਕਾ ਜਿਹਾ ਕਿਉਂਕਿ ਆਪਾਂ ਟਰੈਕਟਰ ਨਵੇਂ ਲੈ ਕੇ ਚੱਲੇ ਤਾਂ ਕਿ ਮਠਾਈ ਮਠੂਲੇ ਨਹੀਂ ਸੀਗੀ ਤਾਂ ਰੋਕ ਲੈ ਹੈ ਟਰੈਸ ਤੇ ਆਪਾਂ ਨੂੰ ਜਾ ਗੀਆਂ ਬਾਈ ਲੈਟਾਂ ਤੇ ਹੁਣ ਆਪਾਂ ਚਾਲਦੇ ਆ ਆਪਣੇ ਘਰੇ ਸਿੱਧੇ ਠੀਕ ਹੈ ਤੇ ਬਾਕੀ ਤੁਸੀਂ ਟਰੈਕਟਰ ਦੀਆਂ ਲੈਟਾ ਲੁੱਟਾਈ ਚੈੱਕ ਆ ਦਿਨ ਜਿਹੜਾ ਆਉਣਾ ਪਤੰਦਰ ਚਾਰੇ ਪਾਸਿਓਂ ਤੇ ਲੋ ਮੋੜ ਦਾ ਖੇਤਾਂ ਵਾਲ ਨੂੰ ਤੇ ਆਪਾਂ ਵੀਊ ਹੋਣਾ ਅਗਲਾ ਕਰ ਗਏ ਕਿਉਂਕਿ ਪਿੱਛੇ ਤਾਂ ਦੇ ਦੇ ਕੋਣ ਨਹੀਂ ਆਨੇ ਹੋਏ ਵਰਦੇ ਆ ਬਾਕੀ ਔਰ ਡਾਨਾ ਕੰਮ ਟਰੈਕਟਰ ਆਪਣਾ ਦੂਜਾ ਲੱਗਿਆ ਹੋਇਆ ਜੌਂਡੀ ਔਰ ਆਪਣਾ ਇੱਕ ਦਿਹਾੜੀਆ ਰੱਖਤਾ ਸੀ ਉਹਦੇ ਤੇ ਠੀਕ ਆ ਤੇ ਜਿਹੜਾ ਬੰਦਾ ਭੇਜਿਆ ਆਪਾਂ ਟਰੈਕਟਰ ਪੁੱਠਾ ਲੈ ਆਉਣ ਵਾਸਤੇ ਉਹ ਬਾਈ ਨੂੰ ਕੋਈ ਹੋਰ ਕੰਮ ਪੈ ਗਿਆ ਉਹ ਆਦੇ ਕੰਮ ਚਲਾ ਗਿਆ ਤੇ ਹੁਣ ਆਪਾਂ ਚੱਲ ਕੇ ਦੇਖਦੇ ਆਂ ਵੀ ਕਿੰਨੀ ਕੁ ਵਜਾਂਦ ਹੋ ਚੁੱਕੀ ਆ ਤੇ ਕਿੰਨੀ ਕੁ ਰਹਿੰਦੀ ਆ ਤੇ ਬਾਕੀ ਆਪਾਂ ਆਪਣਾ 45 ਗਾ ਲਾਵਾਂਗੇ ਹੁਣ ਇਹਦੇ ਨਾਲ ਦੇਖਾਂਗੇ ਜੋ ਕਿ ਵੀ ਕੀ ਸਿਸਟਮ ਆ ਤਾਂ ਹੌਲੀ ਬਾਈ ਹੌਲੀ ਹੌਲੀ ਗਾਂ ਆ ਗਿਆ ਮੈਨ ਲੱਜਾ ਦੇ ਚੱਲ ਕੋਈ ਨਹੀਂ 프ਰੰਟ ਗੇਟ ਲੈ ਚੱਲਦੇ ਆਂ ਆਪਾਂ ਇੱਕ ਕਰੀ ਨੂੰ ਘੜੇ ਗੇੜਾ ਕਢਾ ਦਈਏ ਨਿੱਕਾ ਜਿਹਾ ਉਦੋਂ ਬਾਅਦ ਸਿੱਧਾ ਖੇਤ ਇਹ ਇਹਨੂੰ ਘਰ ਦਿਖਾਉਣਾ ਓਹੋ ਦੇਖੀ ਦੇਖੀ ਰਾਤ ਨੂੰ ਘੱਟ ਪਤਾ ਲੱਗਦਾ ਨਾ ਕਿ ਕਿੱਧਰ ਨੂੰ ਜਾਂਦੇ ਆਂ ਤਾਂ ਕਰਕੇ ਲੌੜੀ ਇਹ ਆ ਗਿਆ ਆਪਣਾ ਘਰ ਮਾੜਾ ਇਹ ਮੋੜ ਦिए ਕਿਉਂਕਿ ਹਨੇਰਾ ਕੋਈ ਜ਼ਿਆਦਾ ਹੀ ਆ ਕਾਲੀ ਬੋਲੀ ਰਾਤ ਆ ਤਾਂ ਆਪਾਂ ਐਂ ਕਰਦੇ ਆ ਯਾਰ ਦਿਨ ਹੋਣ ਦੀ ਕਰਦੇ ਆ ਵੇਟ ਉਹਨਾਂ ਚਿਰ ਆਪਾਂ ਟਰੈਕਟਰ ਲਾਉਣੇ ਆ ਉਰੇ ਹੀ ਆਪਣਾ ਠੀਕ ਆ ਘਰੇ ਮਿਲਦਾ ਸਾਨੂੰ ਦਿਨ ਚੜ੍ਹੇ ਤੋਂ ਲਓ ਜੀ ਮਿੱਤਰੋ ਦਿਨ ਹੋ ਚੁੱਕਿਆ ਤੇ ਆਪਾਂ ਹੁਣ ਚੱਲਦੇ ਆ ਆਪਣੇ ਖੇਤ ਬਈ ਦੇਖਦੇ ਆ ਕਿੰਨਾ ਕੰਮ ਨਿਮੇੜਤਾ ਬੰਦੇ ਨੇ ਠੀਕ ਹੈ ਜਿਹੜਾ ਆਪਣਾ ਸੀ ਵਿਧਾੜੀਆ ਰੱਖਿਆ ਜਿਹੜਾ ਰਾਤ ਦਾ ਲੱਗਿਆ ਪਿਆ ਪਤਾ ਨਹੀਂ ਕੀ ਕੁਛ ਕੀਤਾ ਹੋਊਗਾ ਉਹਨੇ ਇਹ ਬੈਗ ਆਪਣੇ 45 ਗੇਰ ਨੂੰ ਬਾਕੀ ਤੁਸੀਂ ਚੈੱਕ ਕਰ ਸਕਦੇ ਆ ਬਈ ਕਿੰਨਾ ਘੈਂਟ ਟਰੈਕਟਰ ਐ ਸਿਰਾ ਐਂਡ ਉੱਕਾ ਲਓ ਜੀ ਦਵਾਜਾ ਖੁੱਲਾ ਹੀ ਪਿਆ ਆਪਣਾ ਰਾਤ ਦਾ ਹੈ ਕੀਤਾ ਨਹੀਂ ਬੰਦ ਚਾ ਚਾ ਚ ਬਗਾਂਢੀ ਵਾਲੇ ਆ ਗਏ ਟਰੈਕਟਰ ਦੇਖਣ ਨੂੰ ਤੇ ਥੋੜਾ ਜਿਹਾ ੱਗ ਬੁਗ ਲੱਗੇ ਸੀਗੇ ਮੁੰਡਿਆਂ ਦੇ ਹੈ ਸੌ ਹੀ ਗਏ ਚਾਲਦੇ ਆ ਬਈ ਤੇ ਸਾਹਮਣੇ ਟਰੈਕਟਰ ਤਾਂ ਆਪਾਂ ਨੂੰ ਦਿਸੀ ਜਾਂਦਾ ਤੇ ਪਤੰਦਰ ਕੁਛ ਕਾੜ ਗਰੀ ਬੈਠਾ ਬਈ ਮੈਨੂੰ ਲੱਗਦਾ ਕੋਈ ਕਾਹੜਾ ਵਾਕਈ ਕੋਈ ਕਾਹੜਾ ਬਈ ਵਾਕਈ 100% ਸ਼ਰਤ ਲਾ ਗਿਆ ਆਹਦੇ ਆਪਾਂ ਸ਼ਰਤ ਲਾ ਕੇ ਲਓ ਦੇਖ ਲਓ ਕਰੋ ਚੈੱਕ ਨਹੀਂ ਦੇਖੋ ਤੁਸੀਂ ਦੇਖੋ ਬਈ ਦੇਖੋ ਵਾਹ ਵਾਹ ਬਈ ਵਾਹ ਆਹ ਕੁਛ ਕਰਾਉਣ ਵਾਸਤੇ ਰੱਖਿਆ ਸੀ ਆਪਾਂ ਸਿਲੀ ਦਿਹਾੜੀ ਆ ਤੇ ਆਪਣੀ ਜਿਹੜੀ ਆ ਕਣਕ ਸੀ ਆਹ ਦੇਖ ਲਓ ਗਰੋਇੰਗ ਹੋਈ ਜਾਂਦੀ ਹੈ ਬਈ ਠੀਕ ਹੈ ਤੇ ਇੱਧਰ ਦੇਖਦੇ ਆਂ ਆਪਾਂ ਟਰੈਕਟਰ ਆਪਣਾ 5050 D ਹੁਣ ਕੀ ਬਣੂਗਾ ਇਹਦਾ ਲਿਫਟ ਚੱਕ ਕੇ ਦੇਖਦੇ ਆਂ ਜਾਊ ਬੈਕ ਜਾਵੜਾ ਬਈਆਵੜਾ ਚਾਵੜਾ ਐਣੀ ਸੀ ਮੀਦੇ ਦੀ ਲਓ ਜੀ ਲਿਫਟ ਚੱਕਤੀ ਹੁਣ ਆਪਾਂ ਲਾਦ ਗਏ ਯਾਰ ਇਹਨੂੰ ਵਾਹ ਬਈਆ ਪਾਵਰ ਦਾ ਫੁੱਲ ਹੈ ਜੀ ਤੇ ਲਓ ਵੀ ਹੁਣ ਕੱਢਦੀ ਆਪਣਾ ਸੁਪਰ ਸੀਟਰ ਬਾਹਰ ਪਹਿਲਾਂ ਅਟੈਚ ਕਰਨੀਆਂ ਪੈਣੀਆਂ ਐ ਪਾਈਪਾਂ ਬੁਪਾਈਆਂ ਠੀਕ ਆ ਲਓ ਜੀ ਹੋ ਗਿਆ ਬਾਕੀ ਕੰਮ ਡੰਨਾਂ ਹੁਣ ਇਹਨੂੰ ਜੌਂਡੀਆਰ ਨੂੰ ਕਰਦੇ ਹਾਂ ਥੋੜਾ ਪਾਸੇ ਤੇ ਨਾ ਦੇਖਦੇ ਆਂ ਵੀ ਕੀ ਭੱਟਕਾ ਬੰਦ ਆ। ਲਓ ਜੀ ਇੱਥੇ ਲਾ ਦਿੱਤੀ ਇਹਨੂੰ। ਹੁਣ ਜਾਗੇ ਆਪਾਂ ਦੂਜੇ ਟਰੈਕਟਰ ਤੇ। ਉਹ ਬਾਈ ਦੂਜੇ ਤੇ ਬੈਠਣਾ ਹੈ। ਜੌਂਡੀਆ ਦਾ ਚਾਗਰੀ ਜਾਣਾ ਹੈ। ਨੌਜੀ ਹੁਣ ਕਰਦੇ ਆਂ ਇਹਨੂੰ ਬੈਕ ਆਪਣੇ ਇਹਨੂੰ। ਜਿਹੜੀ ਬੀਜੀ ਹੋਈ ਮਿੱਧ ਦਾਂਗੇ। ਡਰਾਈਵਰ ਪੂਰਾ ਚੋਟੀ ਦਾ ਬਾਈ ਦੇਖੋ ਕਰੋ ਚੈੱਕ ਨੌ ਜੀ ਹੁਣ ਕਰਕੇ ਸਿੱਧਾ ਇਹ ਲਾਈਏ ਇਹਨੂੰ ਬਾਕੀ ਮੱਥੇ ਵੀ ਲਾਉਣ ਵਾਲੇ ਪਏ ਯਾਰ ਮੱਥੇ ਵੀ ਬੰਦਰ ਨੇ ਕੱਢੇ ਨਹੀਂ ਚੱਜਨਾ ਬਾਕੀ ਯਾਰ ਜਿੰਨਾ ਕੰਮ ਕਰਤਾ ਉਹ ਵੀ ਬੈਸਟ ਹੈ ਹੋਰ ਆਪਾਂ ਨੂੰ ਕੀ ਚਾਹੀਦਾ ਸੀ ਇੰਨਾ ਠੀਕ ਹੈ ਲੈ ਜੀ ਗਾ ਕਰੋ ਚੱਕ ਬਾਈ ਕੁਆ ਕਰੋ ਜਦੋਂ ਪੀਟੀਏ ਛੱਡਿਆ ਲਓ ਜੀ ਹੁਣ ਕੱਢ ਗਏ ਇਹਦੇ ਵੱਟ ਆਪਾਂ ਦੇਖਦੇ ਹਾਂ ਕੀ ਬਣਦਾ ਪਹਿਲੇ ਜੀ ਜਾਂਦਾ ਹਜੇ ਤਾਂ ਮੀਡੀਅਮ ਦੂਜਾ ਵੀ ਕਹਿੰਦਾ ਭਾਬਾ ਆਪਣਾ ਡੰਗਾ ਇਹ ਅਲਾਦਾ ਕਰੂਗਾ ਲੋ ਸਹੀ ਜਿਉ ਵੈਰ ਨੂੰ ਗਿਰਾਂ ਚ ਕਰਦੇ ਹਾਂ ਹਟ ਜਾ ਕਮੈਂਟ ਬੈਕ ਕਰੋ ਭਾਈ ਬੈਕ 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 11 ਚ ਕਰਤਾ ਸੀ ਆਪਾਂ ਠੀਕ ਐ ਨੌਜੀ ਲੋ ਚੌਥਾ ਇੱਕ ਮਿੰਟ ਇੱਕ ਮਿੰਟ ਚਲਾ ਲੀਏ ਇਹਨੂੰ ਕੱਲਾ ਨੌਜੀ ਕਰੋ ਚੈੱਕ ਹੁਣ ਦੇਖੋ ਹੁਣ ਪੈਂਦਾ ਪੂਰਾ ਗਾ ギア ਛੋਟਾ ਕਰ ਗਏ ਬੜੀ ਸਲੋ ਸਪੀਡ ਤੇ ਜਾ ਰਿਹਾ ਮੀਡੀਅਮ ਚ ਮਾਉਣੇ ਹੋਣੇ ਹਨ ਕਰਾ ਮੀਡੀਅਮ ਠੀਕ ਹੈ ਮੀਡੀਅਮ ਸਹੀ ਹੈ ਮੀਡੀਅਮ ਆਲ ਡਨ ਹੈ ਮੀਡੀਅਮ ਸਪੀਡ ਠੀਕ ਬਣਦੀ ਹੈ ਜੀ ਮੈਂ ਠੀਕ ਹੈ ਇੰਨਾ ਕੰਟਰੋਲ ਚ ਆ ਜਾਂਦਾ ਯਾਰ ਜੇ ਜਿਆਦਾ ਤੇਜ਼ ਭੱਜੂਗਾ ਫਿਰ ਕੰਟਰੋਲ ਚ ਨਹੀਂ ਆਉਂਦਾ ਟਰੈਕਟਰ ਹਨਾ ਤਾਂ ਇਹਨੂੰ ਬੀਜਦ ਗਿਆ ਪਾਉਣਾ ਬਾਕੀ ਜੌਂਡੀਰ ਵੀ ਠੀਕ ਸੀਗਾ ਪਰ ਇੱਕ ਟਰੈਕਟਰ ਤਾਂ ਆਪਣਾ ਨਾਲ ਬੰਨਦਾ ਹੁਣ ਕਿਵੇਂ ਇੱਕ ਨੂੰ ਬੀਜਣ ਤੇ ਲਾਤਾ ਹੋਵੇ ਇੱਕ ਨੂੰ ਇਹਦੇ ਨਾਲ ਵਾਹੂ ਗੂਲੇ ਬੰਨਦਾ ਹਨਾ ਜਾਂ ਕੋਈ ਕਿਸਾਨ ਸੰਘੜਾ ਲਿਆਉਣਾ ਹੁੰਦਾ ਤਾਂ ਉਹ ਲਿਆਵੇ ਤਲੋ ਜੀ ਅੱਜ ਦੀ ਵੀਡੀਓ ਚ ਬਈ ਇੰਨਾ ਹੀ ਸੀਗਾ ਤੇ ਆ ਕਣਕ ਬੀਜ ਕੇ ਆਪਾਂ ਕੰਮ ਡਨ ਕਰਦੇ ਆ ਤੇ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ ਠੀਕ ਹੈ ਤੇ ਅਗਲੀ ਵੀਡੀਓ ਜੇ ਆਪਾਂ ਬਈ ਟਰਾਲੀ ਲੈ ਕੇ ਆਵਾਂਗੇ ਟਰਾਲੀ ਕਈ ਆ ਬੰਦੇ ਇੱਕ ਨੂੰ 2000 ਦੇ ਕੇ ਰੱਖੀ ਉਹ ਵੀ ਆਪਾਂ ਸੈਕੰਡ ਹੈਂਡੀ ਲਵਾਂਗੇ ਕਿਉਂਕਿ ਹਜੇ ਤੱਕ ਇੰਨੇ ਪੈਸੇ ਨਹੀਂ ਆਪਣੇ ਕੋਲੇ ਠੀਕ ਹੈ ਤਾਂ ਬਾਕੀ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ ਤੇ ਆ ਵੀਡੀਓ ਦੱਸੋ ਕਿਵੇਂ ਲੱਗੀ ਤੁਹਾਨੂੰ ਓਕੇ ਬਾਏ ਥੈਂਕ ਯੂ ਫॉर ਵਾਚਿੰਗ ਬਾਏ ਬਾਏ